ਹਾਜ਼ਰ ਹਾਂ ਦੋਸਤੋ ਤੁਹਾਡੇ ਸਾਹਮਣੇ ਪਰਸਿੱਧ ਕਹਾਣੀਕਾਰ ਜਤਿੰਦਰ ਸਿੰਘ ਹਾਂਸ ਦੁਆਰਾ ਲਿਖੀ ਹੋਈ ਕਹਾਣੀ ਹੈ ਸੱਤ ਬੇਗਾਨੇ ਮੈਂ ਪਿੰਡ ਤੋਂ ਕਾਫੀ ਦੂਰ ਨਿਕਲ ਆਇਆ ਸਾਂ ਸਾਹਮਣੇ ਦਰਖਤਾਂ ਓਲੇ ਸੂਰਜ ਡੁੱਬ ਰਿਹਾ ਸੀ ਮੈਂ ਵਾਪਸ ਮੁੜ ਪਿਆ ਕਿੰਨਾ ਕੁਝ ਬਦਲ ਗਿਆ ਸੀ ਇਹਨਾਂ ਦਸਾਂ ਸਾਲਾਂ ਵਿੱਚ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿਸੇ ਹੋਰ ਧਰਤੀ ਉੱਤੇ ਹੋਵਾਂ ਤਾਇਆ ਜੁਗਿੰਦਰ ਸਿੰਘ ਦੇ ਖੂਦ ਦੇ ਪੈਸੇ ਉੱਤੇ ਆ ਕੇ ਮੇਰੇ ਪੈਰ ਰੁਕ ਗਏ ਇੱਥੇ ਵੀ ਦੋ ਮੋਟਰਾਂ ਲੱਗ ਚੁੱਕੀਆਂ ਸਨ ਇਸ ਦਾ ਮਤਲਬ ਸੀ ਪੀਰ ਅਤੇ ਚੇਤ ਵੀ ਅੱਡ ਹੋ ਗਏ ਕਿੰਨਾ ਪਿਆਰ ਸੀ ਦੋਵਾਂ ਭਰਾਵਾਂ ਦਾ ਆਪਸ ਵਿੱਚ ਸੂਈ ਨਹੀਂ ਸੀ ਸਿੰਮ ਦੀ ਜਦੋਂ ਅਸੀਂ ਦੋਵੇਂ ਭਰਾ ਲੜ ਪਿਆ ਕਰਦੇ ਸਾਂ ਤਾਂ ਬੇਬੇ ਕਿਹਾ ਕਰਦੀ ਸੀ ਇਹ ਮੁੰਡੇ ਤਾਂ ਮੇਰੀ ਜਾਨ ਲੈਣਗੇ ਹਰ ਵੇਲੇ ਲੜਦੇ ਰਹਿੰਦੇ ਨੇ ਵੇ ਕਦੇ ਪੀੜ ਤੇ ਚੇਤ ਵੀ ਲੜਦੇ ਸੁਣੇ ਨੇ ਇਸ ਤਰ੍ਹਾਂ ਇਕੱਠੇ ਰਹਿੰਦੇ ਨੇ ਜਿਵੇਂ ਰਾਮ ਲక్ష్మణ ਹੋਣ ਤਾਏ ਜੁਗਿੰਦਰ ਨਾਲ ਬਾਪੂ ਸਿਰੀ ਰਲਿਆ ਹੁੰਦਾ ਸੀ ਮੈਂ ਕੰਮ ਕਰਨ ਲਈ ਕਦੇ-ਕਦੇ ਇਹਨਾਂ ਦੇ ਖੇਤ ਜਾਇਆ ਕਰਦਾ ਸਾਂ ਬਾਪੂ ਬਿਮਾਰ ਹੋ ਗਿਆ ਪੀੜ ਦਾ ਵਿਆਹ ਹੋਇਆ ਸੀ ਉਸੇ ਸਾਲ ਬਾਪੂ ਦੀ ਥਾਂ ਕੰਮ ਕਰਨ ਮੈਨੂੰ ਜਾਣਾ ਪਿਆ ਸਿਆਲਾਂ ਦੇ ਦਿਨ ਸਨ ਧੁੰਦ ਪੈ ਰਹੀ ਸੀ ਮੈਂ ਕਣਕ ਨੂੰ ਪਾਣੀ ਲਾ ਰਿਹਾ ਸਾਂ ਚੇਤ ਮੇਰੇ ਲਈ ਚਾਹ ਲੈ ਕੇ ਆਇਆ ਮੇਰਾ ਚੇਤ ਨਾਲ ਕਾਫੀ ਮੋਹ ਸੀ ਦਸਮੀ ਤੱਕ ਅਸੀਂ ਇਕੱਠੇ ਪੜੇ ਸਾਂ ਇੱਕ ਦੂਜੇ ਨਾਲ ਹਾਸਾ ਮਖੌਲ ਵੀ ਕਰ ਲਿਆ ਕਰਦੇ ਸਾਂ ਲੈ ਚਾਹ ਪੀ ਲੈ ਉਹਨੇ ਬਾਪੂ ਵਾਲੇ ਕੱਪ ਵਿੱਚ ਚਾਹ ਪਾਉਂਦਿਆਂ ਮੈਨੂੰ ਕਿਹਾ ਮਾਰ ਲੈ ਤੁਸੀਂ ਜੱਟਾਂ ਨੇ ਮੈਂ ਠੰਡ ਨਾਲ ਕੰਬ ਰਿਹਾ ਸਾਂ ਉਦੋਂ ਤਾਂ ਪੁੱਤ ਜਦੋਂ ਰੱਬ ਲੋਕਾਂ ਨੂੰ ਕੰਮ ਵੰਡਦਾ ਸੀ ਜੱਟ ਨੇ ਜਵਾਬ ਦੇ ਦਿੱਤਾ ਵੇ ਮੇ ਤੋਂ ਨਹੀਂ ਖੇਤੀ ਦਾ ਔਖਾ ਕੰਮ ਹੋਣਾ ਤਾਂ ਤੁਹਾਡਾ ਵੱਡਾ ਬਡੇਰਾ ਕਹਿੰਦਾ ਹੌਸਲਾ ਰੱਖ ਮੈਂ ਹੱਥ ਵਟਾਉਂ ਤੁਹਾਡੇ ਨਾਲ ਹੁਣ ਕਹਿੰਨਾ ਜੱਟਾਂ ਨੇ ਮਾਰ ਲੈ ਉਹਨੇ ਤਾਂ ਹੱਥ ਵਟਾਉਣ ਨੂੰ ਹੀ ਕਿਹਾ ਸੀ ਪਰ ਤੁਸੀਂ ਤਾਂ ਸਾਰਾ ਕੰਮ ਸਾਡੇ ਕੋਲੋਂ ਕਰਵਾਉਂਦੇ ਹੋ ਮੇਰੀ ਗੱਲ ਸੁਣ ਕੇ ਉਹ ਹੱਸ ਪਿਆ ਤੇ ਬੋਲਿਆ ਕੰਬੀ ਕਿਉਂ ਜਾਣਾ ਚਾਹ ਪੀ ਲੈ ਆਹੋ ਤੈਨੂੰ ਕੀ ਠੰਡ ਲੱਗਣੀ ਆ ਤੂੰ ਤਾਂ ਪਰਜਾਈ ਕੋਲੋਂ ਉੱਠ ਕੇ ਆਇਆ ਸੁਣਿਆ ਪਰਜਾਈ ਪਰੀਆਂ ਵਰਗੀ ਆ ਪਰਜਾਈ ਬਾਰੇ ਗੱਲਾਂ ਕਰਨ ਨਾਲ ਮੇਰੀ ਠੰਡ ਘਟ ਗਈ ਮੈਂ ਹੱਸਦੇ ਹੋਏ ਨੇ ਚਾਹ ਦਾ ਕੱਪ ਆਪਣੇ ਮੂੰਹ ਨੂੰ ਲਾ ਲਿਆ ਚੇਤਨੇ ਮੈਨੂੰ ਭੈੜੀ ਜੀ ਘਾਲ ਕੱਢੀ ਤੇ ਥੱਪੜ ਮਾਰ ਕੇ ਮੇਰੀ ਸੁਰਤ ਕਮਾ ਦਿੱਤੀ ਥੱਪੜ ਸੀ ਜਾਂ ਹਥੌੜਾ ਮੇਰੀ ਗੱਲ ਸੁਣਨ ਹੋ ਗਈ ਚਾਹ ਮੇਰੇ ਉੱਤੇ ਡੁੱਲ ਗਈ ਮੈਨੂੰ ਗਲਤੀ ਦਾ ਅਹਿਸਾਸ ਹੋ ਗਿਆ ਕਿ ਮੈਂ ਕੀ ਕਹਿ ਬੈਠਾ ਸਾਂ ਮੈਂ ਕੰਮ ਛੱਡ ਕੇ ਘਰ ਜਾ ਬੈਠਾ ਬਾਪੂ ਅਤੇ ਤਾਏ ਦੇ ਕਹਿਣ ਉੱਤੇ ਵੀ ਨਾ ਗਿਆ ਕਿਵੇਂ ਖੜੇ ਫੌਜੀਆ ਕਿਸੇ ਜਾਣੀ ਪਛਾਣੀ ਆਵਾਜ਼ ਨੇ ਮੇਰੀ ਸੋਚਾਂ ਦੀ ਲੜੀ ਤੋੜੀ ਤੂੰ ਤਾਂ ਈਦ ਦਾ ਚਾਂਦ ਹੀ ਹੋ ਗਿਆ ਕੋੜੀਆ ਇਹ ਤਾਂ ਚੇਤ ਸੀ ਉਸ ਨੇ ਮੈਨੂੰ ਜੱਫੀ ਵਿੱਚ ਘੁੱਟ ਲਿਆ ਤੂੰ ਹੀ ਨਹੀਂ ਮਿਲਿਆ ਕਦੀ ਮੈਂ ਬੇਦੇਲੀ ਜਈ ਨਾਲ ਉੱਤਰ ਦਿੱਤਾ ਉਹਦੇ ਮੂੰਹ ਵਿੱਚੋਂ ਸ਼ਰਾਬ ਦੀ ਹਵਾੜ ਆਈ ਚੱਲ ਖੂਹ ਤੇ ਗੱਲਾਂ ਕਰਦੇ ਆਂ ਉਹ ਮੇਰਾ ਹੱਥ ਫੜ ਕੇ ਤੁਰ ਪਿਆ ਤੁਰਿਆ ਤਾਂ ਮੈਂ ਨਾਲ ਜਾ ਰਿਹਾ ਸਾਂ ਪਰ ਮੇਰਾ ਮਨ ਦੋ ਚਿੱਤੀ ਵਿੱਚ ਸੀ ਮੈਂ ਉਸ ਨਾਲ ਜਾਵਾਂ ਜਾਂ ਨਾ ਸਿਆਣੇ ਕਹਿੰਦੇ ਨੇ ਜੱਟ ਅਤੇ ਝੋਟੇ ਦਾ ਖੋਰ ਬੁਰਾ ਉਂਝ ਉਹ ਮੇਰੇ ਨਾਲੋਂ ਤਕੜਾ ਨਹੀਂ ਕਿੰਨਾ ਕਮਜ਼ੋਰ ਹੋ ਗਿਆ ਏ ਜਿਸ ਤਰ੍ਹਾਂ ਵਿਹਾਰ ਕਰ ਰਿਹਾ ਏ ਇਹਦੇ ਮਨ ਵਿੱਚ ਮੈਲ ਨਹੀਂ ਲੱਗਦੀ ਪਰ ਫਿਰ ਵੀ ਮੈਨੂੰ ਹੁਸ਼ਿਆਰ ਰਹਿਣਾ ਚਾਹੀਦਾ ਹੈ ਮੈਨੂੰ ਅਲਾਣੇ ਮੰਝੇ ਉੱਤੇ ਬੈਠਣ ਲਈ ਕਹਿ ਕੇ ਚੇਤ ਵੱਟ ਚੋਂ ਘਰ ਦੀ ਕੱਢੀ ਸ਼ਰਾਬ ਦੀ ਬੋਤਲ ਕੱਢ ਲਿਆ ਆ ਤਿੰਨ ਚਾਰ ਮੂਲੀਆਂ ਪਟ ਲਿਆ ਆ ਅੰਦਰੋਂ ਕੱਢ ਕੇ ਗਲਾਸ ਲੈ ਆਇਆ ਤੇ ਔਲੂ ਤੋਂ ਪਾਣੀ ਦਾ ਡੱਬਾ ਮੇਰੀ ਤਬੀਅਤ ਠੀਕ ਨਹੀਂ ਮੈਂ ਨਾ ਪੀਣ ਦਾ ਬਹਾਨਾ ਬਣਾਇਆ ਤਬੀਅਤ ਠੀਕ ਕਰਨ ਲਈ दारू ਤਾਂ ਲੈਣੀ ਪਊਗੀ ਉਹ ਹੱਸਿਆ ਪੈਗ ਪੈਗ ਲਾ ਕੇ ਅਸੀਂ ਸਰੂਰ ਵਿੱਚ ਆ ਗਏ ਇਹ ਸਭ ਕੀ ਹੋ ਗਿਆ ਮੈਂ ਦੋ ਮੋਟਰਾਂ ਵੱਲ ਇਸ਼ਾਰਾ ਕੀਤਾ ਕੁਝ ਨਾ ਪੁੱਛ। ਪੀਰ ਨੇ ਤਾਂ ਮੇਰੇ ਨਾਲ ਉਹ ਕੀਤੀ ਜਿਹੜੀ ਸੱਤ ਵਿਗਾਨੇ ਵੀ ਨਹੀਂ ਕਰਦੇ। ਤੂੰ ਜਾਣਦਾ ਹੀ ਐ ਲਾਣੇਦਾਰੀ ਤਾਂ ਬਾਪੂ ਦੇ ਜਿਉਂਦੇ ਹੀ ਇਹਦੇ ਕੋਲ ਸੀ। ਪੰਜ ਕਰੇ, 50 ਕਰੇ। ਕਦੇ ਕਿਸੇ ਨੇ ਨਹੀਂ ਸੀ ਪੁੱਛਿਆ। ਮੇਰੇ ਨਿਆਣੇ ਪੰਜੀ-ਪੰਜੀ ਨੂੰ ਤਰਸਦੇ ਰਹੇ। ਇਹ ਸਰਦਾਰ ਐਸ਼ ਕਰਦਾ ਰਿਹਾ। ਬਾਪੂ ਮਰੇ ਤੋਂ ਤਾਂ ਹੋਰ ਵੀ ਤੰਗ ਕਰ ਦਿੱਤਾ। ਕਦੇ ਕਿਸੇ ਬਿਮਾਰ ਹੋਏ ਤਾਂ ਪੈਸੇ ਮੰਗਣੇ, ਇਹਨੇ ਅੱਗੋਂ ਖਰਚ ਗਿਣੌਣ ਲੱਗ ਪੈਣਾ। ਤੀਵੀਆਂ ਦੀ ਲੜਾਈ ਵੀ ਅੰਤੋਂ ਬਾਹਲੀ ਰਹਿਣ ਲੱਗੀ। ਮੈਂ ਤਾਂ ਫਿਰ ਵੀ ਔਖਾ-ਸੌਖਾ ਕੱਟ ਲੈਂਦਾ ਪਰ ਕਾਣੇ ਬਚਨੇ ਦੀ ਜ਼ਮੀਨ ਦਾ ਕਿੱਲਾ ਬੈ ਲਿਆ ਤਾਂ ਉਹਦੀ ਰਜਿਸਟਰੀ ਇਹਨੇ ਆਪਣੇ ਨਾਂ ਕਰਵਾ ਲਈ। ਮੇਰੇ ਪੁੱਛਣ ਤੇ ਕਹਿਣ ਲੱਗਾ ਮੈਂ ਸੌਹਰਿਆਂ ਤੋਂ ਪੈਸੇ ਲਿਆ ਕੇ ਜ਼ਮੀਨ ਲਈ ਆ। ਹੁਣ ਤੂੰ ਹੀ ਦੱਸ ਜਿਹੜੇ ਨੰਗਾ ਤੋਂ ਵਿਆਹ ਨੂੰ ਤਾਂ ਕੁਝ ਸਰਿਆ ਨਹੀਂ ਇਹਨੂੰ ਸਰਦਾਰ ਨੂੰ ਕਿੱਲਾ ਲੈਣ ਨੂੰ ਪੈਸੇ ਕਿੱਥੋਂ ਦੇ ਦਿੱਤੇ ਉਹਨਾਂ ਨੇ? ਹਾਰ ਕੇ ਮੈਂ ਕਿਹਾ ਪਾਈ ਮੈਨੂੰ ਅੱਡ ਕਰ ਦੇ। ਪੰਚਾਇਤ ਇਹਨੇ ਆਪ ਦੇ ਹੱਕ ਵੀ ਇਕੱਠੀ ਕੀਤੀ ਹੋਈ ਸੀ ਸਰਪੰਚ ਮੀਤਾ ਤਾਂ ਇਹਦਾ ਪਿਆਲੇ ਦਾ ਯਾਰ ਸੀ ਜਿਹੜੇ 2-4 ਬੰਦੇ ਮੈਂ ਲਿਆਂਦੇ ਉਹ ਵੀ ਇਹਦੀ ਹਾਮੀ ਭਰਨ ਉੱਪਰੋਂ ਅੱਡ ਹੋਣਾ ਮੇਰੀ ਮਜਬੂਰੀ ਸੀ ਇਹਦੀ ਨਹੀਂ ਪੰਚਾਇਤ ਨੇ ਨਾ ਤਾਂ ਬੈ ਲਏ ਹੋਏ ਕਿੱਲੇ ਵਿੱਚੋਂ ਮੈਨੂੰ ਹਿੱਸਾ ਦਵਾਇਆ ਤੇ ਉੱਪਰੋਂ 45000 ਕਰਜ਼ਾ ਮੇਰੇ ਵੱਲ ਹੋਰ ਕੱਢ ਦਿੱਤਾ ਮੈਨੂੰ ਗੁੱਸਾ ਚੜ ਗਿਆ ਮੈਂ ਕਿਹਾ ਕਰਜ਼ਾ ਤਾਂ ਮੈਂ ਦੇ ਦੇਵਾਂਗਾ ਪਰ ਅੱਜ ਤੋਂ ਇਹਦੇ ਲਈ ਮੈਂ ਮਰ ਗਿਆ ਮੇਰੇ ਲਈ ਇਹ ਚੇਤ ਦਾ ਬੋਲ ਪਾਰਾ ਹੋ ਗਿਆ ਅੱਖਾਂ ਲਾਲ ਸੁਰਖ ਸਨ ਗੁੱਸੇ ਕਾਰਨ ਜਾਂ ਸ਼ਰਾਬ ਕਾਰਨ ਜਾਂ ਪਤਾ ਨਹੀਂ ਅੱਖਾਂ ਵਿੱਚੋਂ ਵਹਿ ਰਹੇ ਪਾਣੀ ਕਾਰਨ ਉਹਨੇ ਦੋ ਪੈਗ ਹੋਰ ਬਣਾਏ ਇਹ ਤਾਂ ਮਾੜੀ ਕੀਤੀ ਪੀਰ ਨੇ ਮੈਂ ਗਲਾਸ ਫੜਦਿਆਂ ਹੋਇਆਂ ਕਿਹਾ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਪਉਜੀਆ ਦੁੱਖ ਤਾਂ ਇਸ ਗੱਲ ਦਾ ਆ ਜਿਹੜੀ ਹੁਣ ਵਾਪਰੀ ਆ ਜੀਤ ਨੇ ਇੱਕ ਮੂਲੀ ਮੈਨੂੰ ਫੜਾਈ ਦੂਜੀ ਉੱਤੇ ਉਹਨੇ ਇਸ ਤਰ੍ਹਾਂ ਦੰਦੀ ਵੱਢੀ ਜਿਵੇਂ ਕਿਸੇ ਕੋਲੋਂ ਬਦਲਾ ਲੈ ਰਿਆ ਹੋਵੇ ਲੋਕ ਤਾਂ ਆਪਦੀਆਂ ਧੀਆ ਪੈਣਾ ਵਿਆਹਉਂਦੇ ਨੇ ਇਹ ਸਿਕੰਦਰ ਨੇ ਆਪਦੀ ਤੀਮੀ ਦਾ ਵਿਆਹ ਕੀਤਾ ਐਨਾ ਲਾਲਚੀ ਬੰਦਾ ਮੈਨੂੰ 4 ਸਾਲ ਹੋਰ ਲੁੱਟ ਲੈਂਦਾ ਪਰ ਆ ਜੱਗੋਂ 13ਵੀਂ ਤਾਂ ਨਾ ਕਰਦਾ ਸਾਡੇ ਤਾਂ ਖਾਨਦਾਨ ਦਾ ਨਾਂ ਹੀ ਰੋਲ ਦਿੱਤਾਏ ਨੇ ਪਰ ਲੋਕ ਤਾਂ ਕਹਿੰਦੇ ਨੇ ਕੈਨੇਡਾ ਚਲੀ ਗਈ ਛੱਡ ਯਾਰ ਤੂੰ ਵੀ ਬਸ ਉਹੀ ਰਹਾ ਕੈਨੇਡਾ ਕੋਈ ਖੰਨਾ ਸ਼ਹਿਰ ਆ ਵੀ ਜਿਹੜਾ ਮਰਜੀ ਜਦੋਂ ਮਰਜੀ ਮੂੰਹ ਚੋੱਕ ਕੇ ਤੁਰ ਪਿਆ ਉੱਥੇ ਜਾਣ ਦੇ ਵੀ ਕਾਇਦੇ ਕਾਨੂੰਨ ਨੇ ਜਾਂ ਤਾਂ ਬੱਚੇ ਸੱਦਦੇ ਨੇ ਜਿਵੇਂ ਲੰਬੜਦਾਰ ਦੀ ਕੁੜੀ ਨੇ ਉਹਨੂੰ ਬਾਹਰ ਮੰਗਵਾਇਆ ਜਾਂ ਵਿਆਹ ਕਰਵਾ ਕੇ ਜਾਂਦਾ ਜਿਵੇਂ ਸਾਡੀ ਭਝਾਈ ਗਈ ਹੈ ਚੇਤ ਸ਼ਰਾਬ ਦਾ ਗਲਾਸ ਭਰ ਕੇ ਬਿਨਾਂ ਪਾਣੀ ਪਾਇਆ ਹੀ ਪੀ ਗਿਆ ਮੈਨੂੰ ਦੇਣ ਲੱਗਾ ਤਾਂ ਮੈਂ ਨਾ ਕਰ ਦਿੱਤੀ ਕੈਨੇਡਾ ਵਾਲੇ ਤਾਂ ਚੰਗੀਆਂ ਚੰਗੀਆਂ ਨੂੰ ਨੱਕ ਥੱਲੇ ਨਹੀਂ ਲੈਂਦੇ ਇਹ ਦੋ ਬੱਚਿਆਂ ਦੀ ਮਾਂ ਕਿਨੇ ਪਸੰਦ ਕਰ ਲਈ ਪੀੜ ਦੇ ਸੰਡੂ ਨੇ ਜਿਹੜਾ ਕੈਨੇਡਾ ਰਹਿੰਦਾ ਵਿਆਹ ਤਾਂ ਭਾਵੇਂ ਕਾਗਜ਼ੀ ਹੀ ਕਰਵਾਇਆ ਪਰ ਅਗਲਾ ਕਿਹੜੀ ਘਟ ਗਜ਼ਾਰੂ ਨਾਲੇ ਅਜੇ ਵੀ ਕੁੜੀਆਂ ਨੂੰ ਮਾਤ ਪਾਉਂਦੀ ਐ ਤਾਇਆ ਤਾਂ ਅਗਲੇ ਦੀ ਨੀਤ ਮਾੜੀ ਹੋਈ ਐ ਦੋ ਗਲਾਸ ਦਾਰੂ ਦੇ ਭਰ ਕੇ ਉਹਨੇ ਖਾਲੀ ਬੋਤਲ ਮੰंजे ਥੱਲੇ ਰੋੜ ਦਿੱਤੀ ਨਸ਼ਾ ਹੀ ਨਹੀਂ ਹੋ ਰਿਹਾ ਉਹ ਬਿਨਾ ਪਾਣੀ ਪਾਇਆ ਸਾਰਾ ਪੈਗ ਢੀਕ ਗਿਆ ਫੌਜੀਆ ਤੈਨੂੰ ਯਾਦ ਹੈ ਜਦੋਂ ਮੈਂ ਤੇਰੇ ਨਾਲ ਲੜ ਪਿਆ ਸੀ ਉਸ ਬਦਕਾਰ ਤੀਮੀ ਪਿੱਛੇ ਤੂੰ ਠੀਕ ਸੀ ਉਹ ਤੀਮੀ ਹੀ ਚਰਤਰਹੀਣ ਸੀ ਆਪਾਂ ਵੀ ਵਗਦੀ ਗੰਗਾ 'ਚ ਹੱਥ ਧੋ ਲੈਂਦੇ ਚੇਤ ਖਾਲੀ ਗਲਾਸ ਨੂੰ ਘੂਰ ਰਿਹਾ ਸੀ ਮੇਰਾ ਦਿਮਾਗ ਸੁੰਨ ਹੋ ਗਿਆ ਜਿਵੇਂ ਉਦੋਂ ਥੱਪੜ ਨਾਲ ਮੇਰੀ ਗੱਲ ਸੁਣ ਹੋ ਗਈ ਸੀ ਪਤਾ ਨਹੀਂ ਇਹ ਸ਼ਰਾਬ ਦਾ ਅਸਰ ਸੀ ਜਾਂ ਚੇਤ ਦੀਆਂ ਗੱਲਾਂ ਦਾ ਸ਼ੁਕਰੀਆ ਦੋਸਤੋ